ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ, ਤੇ ਬਹੁਤ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ। ਅੱਜ ਵਾਲਾ ਡਿਜ਼ਾਈਨ ਤੇ ਬਹੁਤ ਹੀ ਜ਼ਿਆਦਾ ਸੌਖਾ ਆ, ਬਿਗਨਰ ਵਾਸਤੇ ਬਹੁਤ ਹੀ ਵਧੀਆ ਡਿਜ਼ਾਈਨ ਹੈ। ਬਿਗਨਰ ਜਿਹੜੇ ਆ ਉਹ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਨੇ, ਜਾਂ ਅੱਜ ਸਿੱਖਣ ਵਾਸਤੇ ਉਹਨਾਂ ਲਈ ਇਹ ਸਭ ਤੋਂ ਬੈਸਟ ਡਿਜ਼ਾਈਨ ਆ ਤੇ ਬਹੁਤ ਪਿਆਰਾ ਡਿਜ਼ਾਈਨ ਆ। ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾਓ ਤੇ ਇਹ ਉੱਠ ਕੇ ਆਏਗਾ ਡਿਜ਼ਾਈਨ। ਮੈਂ ਇਸ ਨੂੰ ਇਸ ਤਰ੍ਹਾਂ ਗ੍ਰੇ ਕਲਰ ਤੇ ਬਣਾ ਰਹੀ ਹਾਂ। ਲਾਈਟ ਜਿਹਾ ਸੁਰਮਈ ਜਿਹਾ ਕਲਰ ਆ, ਬਹੁਤ ਜ਼ਿਆਦਾ ਡਾਰਕ ਗ੍ਰੇ ਵੀ ਨਹੀਂ ਆ, ਬਿਲਕੁਲ ਲਾਈਟ ਕਲਰ ਆ। ਤੁਸੀਂ ਵੀ ਇਸ ਨੂੰ ਕਿਸੇ ਵੀ ਰੰਗ ਤੇ ਬਣਾ ਸਕਦੇ ਜੇ, ਤੇ ਕਿਸੇ ਵੀ ਵੂਲ ਤੇ ਇਸ ਨੂੰ ਬਣਾ ਸਕਦੇ ਜੇ, ਮੋਟੀ ਵੂਲ ਤੇ, ਬਰੀਕ ਵੂਲ ਤੇ, ਕਿਤੇ ਵੀ ਤੁਸੀਂ ਬਣਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ। 6 ਸਿਲਾਈਆਂ ਦਾ ਟੋਟਲ ਡਿਜ਼ਾਈਨ ਆ ਤੇ ਕੁੰਡੇ ਇਸ ਦੇ ਵਿੱਚ ਤੁਸੀਂ ਜਿੰਨੇ ਚਾਹੋ ਪਾ ਸਕਦੇ ਜੇ। ਕੁੰਡਿਆਂ ਦੀ ਵੀ ਕੋਈ ਗਿਣਤੀ ਕਰਨ ਦੀ ਜ਼ਰੂਰਤ ਨਹੀਂ ਹੈ, ਜਿੰਨੇ ਵੀ ਤੁਸੀਂ ਕੁੰਡੇ ਪਾਓਗੇ ਉਨੇ ਕੁੰਡਿਆਂ ਤੇ ਹੀ ਇਹ ਡਿਜ਼ਾਈਨ ਜਿਹੜਾ ਬਣਦਾ ਜਾਏਗਾ। ਤੇ ਡਿਜ਼ਾਈਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰੀ ਆਏ ਜੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖਦੇ ਹੋ। ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਬਣਾਉਣਾ ਸ਼ੁਰੂ ਕਰਾਂਗੇ। 6 ਸਿਲਾਈਆਂ ਦਾ ਟੋਟਲ ਡਿਜ਼ਾਈਨ ਆ ਤੇ ਡਿਜ਼ਾਈਨ ਦੀ ਪਹਿਲੀ ਸਿਲਾਈ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਹੈ ਤੇ ਸਿੱਧੀ ਸਾਈਡ ਤੇ ਹੀ ਇਹ ਵਾਲਾ ਡਿਜ਼ਾਈਨ ਬਣੇਗਾ। ਉਲਟੀਆਂ ਸਿਲਾਈਆਂ ਇਹਦੇ ਵਿੱਚ ਸਿੰਪਲ ਹੀ ਬਣਨੀਆਂ ਨੇ। ਪੂਰੀ ਆਪਾਂ ਸਿਲਾਈ ਜਿਹੜੀ ਆ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲਵਾਂਗੇ। ਪੂਰੀ ਸਿਲਾਈ ਪਹਿਲੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ। ਤੁਸੀਂ ਕੋਈ ਵੀ ਬਾਰਡਰ ਬਣਾਇਆ ਆ, ਬਾਰਡਰ ਬਣਾਉਣ ਤੋਂ ਬਾਅਦ ਇਸ ਤਰ੍ਹਾਂ ਸਿੱਧੀ ਸਿਲਾਈ ਦੇ ਵਿੱਚ ਕੁੰਡੇ ਵਧਾ ਸਕਦੇ ਜੇ। ਕੁੰਡੇ ਵਧਾਉਣ ਤੋਂ ਬਾਅਦ ਤੁਸੀਂ ਅਗਲੀ ਸਿਲਾਈ ਦੇ ਵਿੱਚ ਆਪਣਾ ਡਿਜ਼ਾਈਨ ਜਿਹੜਾ ਉਹ ਸ਼ੁਰੂ ਕਰ ਸਕਦੇ ਜੇ। ਪੂਰੀ ਸਿਲਾਈ ਆਪਾਂ ਸਿੱਧੀ ਸਿੱਧੀ ਹੀ ਬਣਾ ਲੈਣੀ ਆ। ਹੁਣ ਉਲਟੀ ਸਾਈਡ ਤੋਂ ਪੂਰੀ ਸਿਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਆ। 6 ਸਿਲਾਈਆਂ ਦਾ ਡਿਜ਼ਾਈਨ ਆ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਆਉਂਦਾ ਹੈ। ਬਿਗਨਰ ਜਿਹੜੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਔਖੇ ਡਿਜ਼ਾਈਨ ਜਿਹੜੇ ਨਹੀਂ ਆਉਂਦੇ, ਉਹ ਇਹ ਵਾਲੇ ਡਿਜ਼ਾਈਨ ਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ। ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਆ ਬਿਲਕੁਲ ਰੈਡੀਮੇਡ ਦੀ ਲੁੱਕ ਦਿੰਦੇ ਨੇ, ਰੈਡੀਮੇਡ ਵਰਗੇ ਹੀ ਲੱਗਦੇ ਨੇ। ਉਲਟੇ ਸਿੱਧੇ ਕੁੰਡੇ ਹੀ ਬਸ ਉਨੇ ਨੇ ਤੇ ਡਿਜ਼ਾਈਨ ਜਿਹੜਾ ਸਾਡਾ ਬਣ ਕੇ ਰੈਡੀ ਹੁੰਦਾ ਜਾਣਾ ਹੈ। ਹੁਣ ਆਪਾਂ 2 ਸਿਲਾਈਆਂ ਬਣਾ ਲਈਆਂ ਨੇ, ਇੱਕ ਉਲਟੀ ਬਣਾ ਲਈ ਆ ਤੇ ਇੱਕ ਬਣਾ ਲਈ ਆ ਸਿੱਧੀ। ਹੁਣ ਆ ਗਿਆ ਫਿਰ ਤੀਸਰੀ ਸਿਲਾਈ ਤੇ ਸਿੱਧੇ ਪਾਸੇ ਪਹਿਲਾਂ ਕੁੰਡਾ ਉਤਾਰ ਲੈਣਾ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਇੱਕ ਕੁੰਡਾ ਉਲਟਾ ਬਣਾ ਲਾਂਗੇ। ਇੱਕ ਕੁੰਡਾ ਉਲਟਾ ਬਣਾ ਲਿਆ, ਹੁਣ ਅਗਲਾ ਕੁੰਡਾ ਇਸ ਤਰ੍ਹਾਂ ਹੀ ਉਤਾਰ ਲੈਣਾ ਵਾ ਤੇ ਅਗਲਾ ਕੁੰਡਾ ਫਿਰ ਉਲਟਾ, ਫਿਰ ਇੱਕ ਕੁੰਡਾ ਉਤਾਰ ਲੈਣਾ, ਇੱਕ ਕੁੰਡਾ ਉਲਟਾ, ਇੱਕ ਉਤਾਰ ਲਿਆ, ਇੱਕ ਉਲਟਾ ਬਣਾ ਲਿਆ, ਧਾਗਾ ਅੱਗੇ ਵਾਲੇ ਪਾਸੇ ਹੀ ਰੱਖਣਾ, ਇੱਕ ਕੁੰਡਾ ਫਿਰ ਉਤਾਰ ਲਿਆ, ਅਗਲਾ ਕੁੰਡਾ ਉਲਟਾ, ਇੱਕ ਉਤਾਰ ਲਿਆ, ਇੱਕ ਉਲਟਾ, ਇੱਕ ਉਤਾਰ ਲਿਆ, ਇੱਕ ਉਲਟਾ, ਫਿਰ ਇੱਕ ਕੁੰਡਾ ਇਸ ਤਰ੍ਹਾਂ ਕਰਕੇ ਉਤਾਰ ਲਿਆ, ਇੱਕ ਕੁੰਡਾ ਉਲਟਾ ਬਣਾਵਾਂਗੇ, ਫਿਰ ਇੱਕ ਕੁੰਡਾ ਉਤਾਰ ਲਾਂਗੇ ਤੇ ਲਾਸਟ ਵਾਲਾ ਕੁੰਡਾ ਜਿਹੜਾ ਆਪਾਂ ਇਸ ਤਰ੍ਹਾਂ ਧਾਗਾ ਪਿੱਛੇ ਕਰਕੇ ਸਿੱਧਾ ਬਣਾ ਲਾਂਗੇ। ਇਹ ਪਹਿਲੀ ਸਿਲਾਈ ਬਣ ਗਈ, ਸੋਰੀ ਤੀਸਰੀ ਸਿਲਾਈ ਬਣ ਗਈ। ਹੁਣ ਆ ਗਏ ਹਾਂ ਡਿਜ਼ਾਈਨ ਦੀ ਚੌਥੀ ਸਿਲਾਈ ਤੇ ਉਲਟੇ ਪਾਸੇ। ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਆ, ਪੂਰੀ ਸਿਲਾਈ ਆਪਾਂ ਉਲਟੀ ਉਲਟੀ ਬਣਾ ਲੈਣੀ ਆ। ਸਾਰੇ ਹੀ ਕੁੰਡੇ ਉਲਟੇ ਉਲਟੇ ਬਣਾ ਕੇ ਕੰਪਲੀਟ ਕਰ ਲਾਂਗੇ। ਤੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਰੰਗ ਤੇ ਪਾਓਗੇ,
ਤੇ ਇਹ ਡਿਜ਼ਾਈਨ ਜਿਹੜਾ ਉੱਭਰ ਕੇ ਹੀ ਆਏਗਾ। ਇਸ ਤਰ੍ਹਾਂ ਦਾ ਡਿਜ਼ਾਈਨ ਨਹੀਂ ਹੈ ਕਿ ਕਿਸੇ ਰੰਗ ਤੇ ਨਹੀਂ ਉੱਠੇਗਾ, ਹਰ ਇੱਕ ਰੰਗ ਤੇ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ। ਚੌਥੀ ਸਿਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲਈ ਆ। ਹੁਣ ਆ ਗਿਆ ਪੰਜਵੀਂ ਸਿਲਾਈ ਤੇ ਸਿੱਧੇ ਪਾਸੇ। ਹੁਣ ਵੇਖੋ ਕਿਸ ਤਰ੍ਹਾਂ ਬਣਾਉਣਾ ਡਿਜ਼ਾਈਨ। ਪਹਿਲਾਂ ਕੁੰਡਾ ਉਤਾਰ ਲੈਣਾ ਹੈ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰ ਲੈਣਾ। ਹੁਣ ਇਹ ਸਟਾਰਟਿੰਗ ਤੇ ਹੀ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਲੈਣਾ, ਅਤੇ ਅਗਲਾ ਕੁੰਡਾ ਜਿਹੜਾ ਇਹਨੂੰ ਆਪਾਂ ਉਲਟਾ ਬਣਾਉਣਾ। ਜਿਹੜੇ ਕੁੰਡੇ ਆਪਾਂ ਪਿਛਲੀ ਵਾਰ ਬੁਣ ਰਹੇ ਸੀ ਐਰਕਾਂ, ਉਹਨਾਂ ਨੂੰ ਅਸੀਂ ਉਤਾਰਨਾ। ਇੱਕ ਉਤਾਰ ਲਿਆ, ਇੱਕ ਉਲਟਾ, ਇੱਕ ਉਤਾਰ ਲਿਆ, ਇੱਕ ਉਲਟਾ, ਇੱਕ ਕੁੰਡਾ ਉਤਾਰ ਲਿਆ, ਇੱਕ ਕੁੰਡਾ ਉਲਟਾ, ਇੱਕ ਉਤਾਰ ਲਿਆ, ਇੱਕ ਉਲਟਾ। ਇਸ ਤਰ੍ਹਾਂ ਧਾਗਾ ਅਗਲੀ ਸਾਈਡ 'ਤੇ ਸਾਡਾ ਆਉਂਦਾ ਜਾਣਾ ਹੈ। ਅਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ। ਪੰਜ ਸਿਲਾਈਆਂ ਬਣ ਗਈਆਂ। ਹੁਣ ਆ ਗਿਆ ਛੇਵੀਂ ਸਿਲਾਈ 'ਤੇ ਉਲਟੇ ਪਾਸੇ। ਪਹਿਲਾ ਕੁੰਡਾ ਉਤਾਰ ਲਿਆ, ਬਾਕੀ ਸਾਰੇ ਕੁੰਡੇ ਆਪਾਂ ਉਲਟੇ ਉਲਟੇ ਬਣਾ ਲੈਣੇ ਆ। ਅਤੇ ਇਸ ਤਰ੍ਹਾਂ ਦੇ ਹੋਰ ਸੌਖੇ ਸੌਖੇ ਡਿਜ਼ਾਈਨ ਸਿੱਖਣ ਲਈ, ਸੋਹਣੇ ਸੋਹਣੇ ਡਿਜ਼ਾਈਨ ਸਿੱਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ, ਬੈੱਲ ਆਈਕਨ ਨੂੰ ਵੀ ਦਬਾਓ, ਤਾਂ ਕਿ ਜਦੋਂ ਵੀ ਆਪਾਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਜੇ, ਅਤੇ ਤੁਸੀਂ ਸਭ ਤੋਂ ਪਹਿਲਾਂ ਡਿਜ਼ਾਈਨ ਜਿਹੜਾ ਉਹ ਦੇਖ ਸਕੋ। ਇਹ ਹੁਣ 6 ਸਿਲਾਈਆਂ ਆਪਾਂ ਬਣਾ ਲਈਆਂ ਨੇ। 6 ਸਿਲਾਈਆਂ ਬਣਾਉਣ ਤੋਂ ਬਾਅਦ ਵੇਖੋ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਨਜ਼ਰ ਆਉਂਦਾ ਹੈ। ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ। ਜਦੋਂ ਅੱਗੇ ਤੋਂ ਅੱਗੇ ਇਹੀ 6 ਸਿਲਾਈਆਂ ਅਸੀਂ ਬਣਾਉਂਦੇ ਜਾਣਾ ਹੈ, ਅਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ। ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰਿਓ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।